ਥੈਂਕ ਯੂ। ਇੰਨੇ ਮੈਡਲ ਜਿੱਤ ਕੇ ਮੈਨੂੰ ਬਾਤ ਲਿਆ ਕੇ ਮੇਰੇ ਜਵਾਕਾਂ ਨੇ ਓਏ, ਥੈਂਕ ਯੂ। ਤਾੜੀਆਂ ਸਰਪੰਚ ਸਾਹਿਬ, ਪਹਿਲਾਂ ਮੇਰੇ ਧੀ ਪੁੱਤ ਕਿੰਨੇ ਮੈਡਲ ਜਿੱਤ ਕੇ ਲਿਆਇਆ ਸਰਪੰਚ ਸਾਹਿਬ, ਹੈਂ ਇੰਨਾ ਮਾਣ ਨਾਲ ਸੀਨਾ ਚੌੜਾ ਕਰਤਾ ਮੇਰੇ ਜਵਾਕਾਂ ਨੇ। ਲੈ ਮੈਂ ਆਪਦੇ ਬਾਪੂ ਦੇ ਪਾ ਦਿੰਦਾ ਵਾਂ, ਇਹ ਆ ਲੈ ਬਾਪੂ, ਜਿੱਤ ਕੇ ਲਿਆਂਦੇ ਮੈਡਲ ਮੇਰੇ ਬਾਪੂ ਨੇ। ਜਸ਼ਨ ਥੋੜਾ, ਵਾਟ ਅ ਫਾਸਟ ਫੇਸ ਇਨ ਦ ਅਰਲੀ ਸਟੇਜਸ ਐਂਡ ਹੇਅਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੇਰੇ ਬੱਚੇ ਮੈਡਲ ਜਿੱਤ ਕੇ ਲੈ ਕੇ ਆਏ ਨੇ, ਸਾਡੀਆਂ ਧੀ ਵੀ ਲੈ ਕੇ ਆਈ ਮੇਰੀਆਂ। ਸਿਮਰਨ ਕਾਹਦੇ 'ਚ ਜਿੱਤਿਆ ਪੁੱਤ, ਕਾਹਦੇ 'ਚ ਜਿੱਤਿਆ? 100 ਮੀਟਰ ਦੇ ਵਿੱਚ। ਵੈਰੀ ਗੁੱਡ, ਫਸਟ ਨੰਬਰ ਆਈ ਮੇਰੀ ਧੀ। ਹਾਂ ਪੁੱਤ ਕਵੀ, 100 ਮੀਟਰ ਦੇ ਵਿੱਚ ਕਿਹੜੀ ਪੋਜੀਸ਼ਨ 'ਤੇ ਆਈ ਆ? ਫਸਟ ਪੋਜੀਸ਼ਨ 'ਚ ਆਈ ਆ। ਗੋਲਡਨ ਕਿਹੜੀ 'ਚੋਂ, ਕਾਹਦੇ 'ਚ ਫਸਟ ਆਇਆ, ਸੈਕਿੰਡ ਆਇਆ, ਥਰਡ ਆਇਆ? ਫਸਟ ਆਇਆ ਮੈਂ ਗੋਲਡਨ। ਓ ਵੈਰੀ ਗੁੱਡ ਗੋਲਡਨ। ਹਾਂ ਵੀ ਜਸ਼ਨ ਆ ਤੂੰ ਬਈ, ਥਰਡ ਆਇਆ ਸਾਡਾ ਜਸ਼ਨ ਵੀ। ਲੈ ਓਏ ਵਾਹ ਓਏ ਜਸ਼ਨ ਆ, ਥਰਡ ਆ ਗਿਆ। ਹਾਂ ਬਈ ਹਰਜਾਪ ਫਸਟ ਆ ਗਿਆ, ਸੈਕਿੰਡ। ਹੋਰ ਹਰਜਾਪ ਸਿਲਵਰ ਮੈਡਲ ਲੈ ਕੇ ਆਇਆ? ਸਰਜਾਪ ਸਿਲਵਰ ਮੈਡਲ ਹਰਜਾਪ ਨੇ ਲਿਆਂਦਾ ਬਈ, ਸ਼ਾਬਾਸ਼ ਪੁੱਤ ਹਰਜਾਪ। ਹਾਂ ਬਈ ਕੁਰਾਲ ਨੇ ਮੇਰੇ ਪੁੱਤ ਨੇ ਫਸਟ ਆਇਆ ਵੀ। ਕੀ ਖੇਡਾ ਸੀ? 100 ਮੀਟਰ ਰੇਸ ਦੇ ਵਿੱਚ, ਸ਼ਾਬਾਸ਼। ਹਾਂ ਵੀ ਗੋਲਡਨ ਥਰਡ ਆਇਆ ਸਕਾਲ 100 ਮੀਟਰ 'ਚ ਹੀ, ਠੀਕ। ਕਲਾਸ ਵਾਈਜ਼ ਹੋਈਆਂ ਸੀ, ਕਲਾਸ ਵਾਈਜ਼ ਹੋਈਆਂ ਸੀ। ਅਤੇ ਆਹ ਮੈਡਲ ਕਾਹਦਾ ਵਾ? ਇਹ ਬੈਡਮਿੰਟਨ ਦਾ ਜਿਹੜਾ ਜਿੱਤਿਆ ਹੈ ਕੱਲ੍ਹ, ਜਿਹੜਾ ਜਿੱਤਿਆ ਸੀ, ਠੀਕ ਹੈ। ਵੈਰੀ ਗੁੱਡ। ਹਾਂ ਬਈ ਸਤਨਾਮ ਸਿੰਘ ਫਸਟ ਆਇਆ, ਸਤਨਾਮ ਸਿੰਘ ਫਸਟ ਕਾਹਦੇ 'ਚੋਂ ਆਇਆ ਬਈ? 100 ਮੀਟਰ ਵਾਲੀ ਚੋਂ, ਕਿ 100 ਕਿਲੋਮੀਟਰ ਵਾਲੀ, 100 ਮੀਟਰ ਵਾਲੀ ਰੇਸ 'ਚੋਂ ਫਸਟ ਆਇਆ ਤੂੰ। ਓ ਵੈਰੀ ਗੁੱਡ। ਅੱਛਾ ਇਹਦੇ ਨਾਲ ਕੰਪੀਟੀਸ਼ਨ 'ਚ, ਅੱਛਾ ਬਾਕੀਆਂ ਦਾ ਤੁਸੀਂ ਦੋਨੇ ਬਰਾਬਰ ਸੀ?
ਇਹ ਤਾਂ ਅੱਗੇ ਵੈਰੀ ਗੁੱਡ ਪੁੱਤ, ਵੈਰੀ ਗੁੱਡ, ਬਹੁਤ ਵਧੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਡੇ ਸੁਪਨਿਆਂ ਦੇ ਘਰ ਦੇ ਇਹ ਨੰਨੇ ਮੁੰਨੇ ਬੱਚੇ ਅੱਜ ਗੇਮ ਖੇਡ ਕੇ ਆਏ, ਸਕੂਲੀ ਗੇਮਾਂ ਦੇ ਵਿੱਚ ਹਿੱਸਾ ਲਿਆ ਸੀ, ਦ੍ਰਿਸ਼ਟੀ ਸਕੂਲ ਦੇ ਵਿੱਚ ਗੇਮਾਂ ਹੋਈਆਂ ਅਤੇ ਉੱਥੋਂ ਅੱਜ ਮੈਡਲ ਜਿੱਤ ਕੇ ਲੈ ਕੇ ਆਏ ਨੇ ਬੱਚੇ। ਅਤੇ ਕੱਲ੍ਹ CWC ਦੀਆਂ ਗੇਮਾਂ ਸੀ, ਉਹਦੇ ਵਿੱਚ ਕਵਿਤਾ ਅਤੇ ਅਰਜੁਨ ਦੋਨੋਂ ਜਾਣੇ ਮੈਡਲ ਜਿੱਤ ਕੇ ਲੈ ਕੇ ਆਏ ਸੀ। ਅਰਜੁਨ ਬੈਡਮਿੰਟਨ ਦੇ ਵਿੱਚ ਲੈ ਕੇ ਆਇਆ ਸੀ ਅਤੇ ਕਵਿਤਾ ਰੇਸ ਦੇ ਵਿੱਚ ਲੈ ਕੇ ਆਏ ਸੀਗੇ। ਅਤੇ ਇਹ ਸਾਡੇ ਨਿੱਕੇ ਨਿੱਕੇ ਬੱਚੇ ਨੇ ਜਿਹੜੇ ਅੱਜ ਨਿੱਕੇ ਨਿੱਕੀਆਂ ਕਦਮਾਂ ਦੇ ਨਾਲ ਨਵੇਂ ਪਦ ਚਿੰਨ੍ਹ, ਨਵੀਆਂ ਪੈੜਾਂ ਪਾ ਰਹੇ ਨੇ, ਨਵੀਆਂ ਲੀਹਾਂ ਪਾ ਰਹੇ ਨੇ। ਅਤੇ ਆਉਣ ਵਾਲੀਆਂ ਪੀੜ੍ਹੀਆਂ, ਆਉਣ ਵਾਲੀਆਂ ਸਾਡੇ ਪਰਿਵਾਰ ਦੀਆਂ, ਸੁਪਨੇ ਦੇ ਘਰ ਦੀਆਂ ਧੀਆਂ ਅਤੇ ਪੁੱਤ ਉਹਨਾਂ ਪਦ ਚਿੰਨ੍ਹਾਂ 'ਤੇ ਅੱਗੇ ਚੱਲ ਕੇ ਤਰੱਕੀਆਂ ਕਰਨ ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਇਹਨਾਂ ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਣ। ਇਹਨਾਂ ਬੱਚਿਆਂ ਨੇ ਜਿੱਥੇ ਆਪਣੀ ਜ਼ਿੰਦਗੀ 'ਚ ਬਹੁਤ ਸਾਰੀ ਛੋਟੀ ਉਮਰ 'ਚ ਦੁੱਖ ਅਤੇ ਤਕਲੀਫ ਝੱਲੀ ਆ, ਉੱਥੇ ਅੱਜ ਸਕੂਨ ਅਤੇ ਸੁੱਖ ਦੇ ਨਾਲ, ਜਿੱਥੇ ਸਾਨੂੰ ਵੀ ਨਾਲ ਦੀ ਨਾਲ ਇਹ ਮਤਲਬ ਕਹਿ ਦਈਏ ਇੱਕ ਫੀਲ ਕਰਾ ਰਹੇ ਆ ਵੀ ਅਸੀਂ ਇਹਨਾਂ ਚੰਗੇ ਬੱਚਿਆਂ ਦੇ ਮਾਂ ਬਾਪ ਹਾਂ ਅਤੇ ਸਾਨੂੰ ਵੀ ਚੰਗੇ ਹੋਣ ਦਾ ਇੱਕ ਮਤਲਬ ਅਹਿਸਾਸ ਕਰਾ ਰਹੇ ਨੇ ਬੱਚੇ। ਸਾਡੀ ਫੁਲਵਾੜੀ ਦੇ ਫੁੱਲ ਖਿੜਨ, ਮਹਿਕਾਂ ਵੰਡਣ, ਅਰਦਾਸ ਕਰਿਓ ਅਸੀਂ ਇਹਨਾਂ ਦੇ ਮਾਂ ਬਾਪ ਬਣ ਸਕੀਏ, ਇਹਨਾਂ ਦੇ ਆਪਣੇ ਬਣ ਸਕੀਏ, ਅਰਦਾਸ ਕਰਿਓ ਅਤੇ ਇਹਨਾਂ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਅਸੀਂ ਕੁਛ ਚੰਗਾ ਰੋਲ ਨਿਭਾ ਸਕੀਏ, ਅਰਦਾਸ ਕਰਿਓ। ਇਹ ਸਾਡੇ ਕੋਚ ਸਾਹਿਬ ਨੇ ਗੁਰਚਰਨ ਸਿੰਘ ਜੀ ਜਿਹੜੇ ਬੱਚਿਆਂ ਨੂੰ ਕੋਚਿੰਗ ਦਿੰਦੇ ਨੇ, ਨਾਲ PS ਬਾਘਾ ਜੀ ਨੇ ਸਾਡੇ ਇੱਥੇ ਜਿਹੜੇ ਬੱਚਿਆਂ ਨੂੰ ਕੋਚਿੰਗ, ਯਾਨੀ ਕਿ ਇਹ ਦਿਨ ਰਾਤ ਅਣਥੱਕ ਮਿਹਨਤ, ਤੜਕਿਓਂ 5 ਵਜੇ ਬੱਚੇ ਗਰਾਊਂਡ ਦੇ ਵਿੱਚ ਜਾਂਦੇ ਨੇ, ਸਵੇਰ ਉਸ ਤੋਂ ਬਾਅਦ ਤਿਆਰ ਹੋ ਕੇ ਸਕੂਲ ਜਾਣਾ, ਸਕੂਲੋਂ ਆ ਕੇ ਫਿਰ ਥੋੜ੍ਹਾ ਟਾਈਮ ਖੇਡਣਾ, ਫਿਰ ਟਿਊਸ਼ਨ ਸ਼ੁਰੂ ਹੋ ਜਾਣੀ ਆ, ਫਿਰ ਸ਼ਾਮ ਨੂੰ ਬੱਚਿਆਂ ਦੀਆਂ ਫਿਰ ਅਲੱਗ ਅਲੱਗ ਐਕਟੀਵਿਟੀਜ਼ ਹੁੰਦੀਆਂ ਵਾ। ਅਤੇ ਸੱਚੇ ਪਾਤਸ਼ਾਹ ਕਿਰਪਾ ਕਰਨ, ਸਾਡੇ ਇਹਨਾਂ ਬੱਚਿਆਂ ਨੂੰ, ਬੱਚੀਆਂ ਨੂੰ ਤਾਕਤ ਬਖਸ਼ਣ, ਅਸੀਂ ਇੱਕ ਚੰਗਾ ਇੱਕ ਆਉਣ ਵਾਲੇ ਸਮਾਜ ਦੀ ਸਿਰਜਣਾ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਹਿਪ 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 ਹਿਪ।